ਕੇਂਦਰ ਦੀ ਸਰਕਾਰ ਨੇ ਭਾਵੇਂ ਕਿ ਕਿਸਾਨਾਂ ਦੀਆਂ ਫਸਲਾਂ ਦੇ ਰੇਟ ਵਿੱਚ ਜ਼ਰੂਰ ਵਾਧਾ ਕੀਤਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਮਲੋਟ ਹਲਕੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਧੰਨਵਾਦ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਨਾਭਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਿਹਾ ਗਿਆ ਕਿ ਪੰਜਾਬ ਦਾ ਕੋਈ ਵੀ ਕਿਸਾਨ ਇਸ ਰੈਲੀ ਵਿੱਚ ਹਿੱਸਾ ਨਹੀਂ ਲਏਗਾ। ਉਹਨਾਂ ਕਿਹਾ ਕਿ ਕੱਲ੍ਹ ਵੀ ਪੂਰੇ ਪੰਜਾਬ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਮੀਨਾਰ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ, ਮੁਰਦਾਬਾਦ, 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 ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਜਿਹੜਾ 200 ਰੁਪਇਆ ਭਾਅ ਦਿੱਤਾ ਬਿਲਕੁਲ ਬਹੁਤ ਘੱਟ ਆ ਇਹ ਲਾਗਤ ਦੇ ਹਿਸਾਬ ਨਾਲ। ਪਿਛਲੇ ਸਾਲ ਨੂੰ 20 ਰੁਪਏ ਲੀਟਰ ਦਾ ਡੀਜ਼ਲ 1 ਲੀਟਰ ਮਗਰ ਵੱਧ ਗਿਆ, ਜੀਰੀ ਦੇ ਉੱਪਰ ਜਿਹੜਾ ਖਰਚਾ ਆਉਣਾ ਪਿਛਲੇ ਸਾਲ ਨੂੰ ਦੁੱਗਣਾ ਖਰਚਾ ਹੋਣ ਲੱਗ ਗਿਆ। ਜਿਹੜਾ ਡੀਜ਼ਲ ਦਾ ਖਰਚਾ ਉਹ ਬਹੁਤ ਵੱਧ ਗਿਆ, ਲਾਗਤ ਜਿਹੜੀ ਹੈ ਰੇਹ ਸਪਰੇ ਦੇ GST ਲੱਗਣ ਨਾਲ ਉਹ ਵੀ ਬਹੁਤ ਜ਼ਿਆਦਾ ਵੱਧ ਗਈ। ਜਿਹੜਾ ਰੇਹ ਹੈ ਜੀ, ਰੇਹ 45 ਕਿਲੋ ਦੀ ਭਰਤੀ ਕਰਤੀ, 50 ਤੋਂ 5 ਕਿਲੋ ਦਾ ਉਹ ਘੱਟ ਗਿਆ, ਬਾਕੀ ਉਹਦੇ ਉੱਪਰ ਰੇਟ ਵੀ ਬਹੁਤ ਪਹਿਲਾਂ ਨਾਲੋਂ ਜ਼ਿਆਦਾ ਵਧਾਤਾ। ਜਿਹੜਾ ਲਵਾਈ ਹੈ, ਜੀਰੀ ਦੀ ਲਵਾਈ ਪਿਛਲੇ ਸਾਲ ਨੂੰ ਕਾਫੀ ਵੱਧ ਗਈ। ਜਿਹੜਾ 200 ਰੁਪਇਆ ਭਾਅ ਦਿੱਤਾ ਬਹੁਤ ਘੱਟ ਹੈ। ਅਸੀਂ ਮੰਗ ਕਰਦੇ ਹਾਂ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਵੀ ਉਹ ਲਾਗੂ ਕਰੀ ਜਾਵੇ, ਉਹਦੇ ਬਿਨਾਂ ਕਿਸਾਨ ਨਹੀਂ ਬਚ ਸਕਦੇ। ਜਿਹੜੀ ਧੰਨਵਾਦ ਰੈਲੀ ਇਹ ਕਰ ਰਹੇ ਨੇ, ਇਹ ਡਰਾਮਾ ਸਿਰਫ ਇਹਨਾਂ ਦਾ, ਇਹਦਾ ਜਥੇਬੰਦੀ ਵੱਲੋਂ ਇਹਦਾ ਵਿਰੋਧ ਕਰਿਆ ਜਾਊਗਾ। ਅਸੀਂ ਪੰਜਾਬ ਦੇ ਸਾਰੇ ਵਿੱਚ ਮੋਦੀ ਸਰਕਾਰ ਦੇ ਪੂਤਲੇ ਸਾੜਾਂਗੇ। ਨਾਭਾ ਤੋਂ ਤਿਲਕ ਏਅਰਲਾਈਨਸ ਲਈ ਸੁਖਚੈਨ ਸਿੰਘ ਲਵਾਣਾ ਦੀ ਰਿਪੋਰਟ। अगर आपको हमारी वीडियो पसंद आई तो आप हमें सब्सक्राइब भी कर सकते हैं। हमारे चैनल का नाम है तेलका हेडलाइन न्यूज और आप हमें फीडबैक भी दे सकते हैं। हमारी मेल आईडी है telkaheadlines.in@gmail.com। अब आप हमें फेसबुक और ट्विटर पर भी लाइक कर सकते हैं।